واحد لكي فضل رب سبحان جلو گم پیارے سان سمت جیڑی بڑے اپاکاں بارے جو گرو دربار میں چہاد رہیاں پر کے اپنا جیون سبلا بڑھا رہے ہیں اج دے سپاون پوتر شبد سورت راگ پنجویں پاتشاہ سب شری گرو ارجن دیو جی مہاراج کے پاون شبد اپنے بخار اچار کرتے ہیں ستگرو جی کرپا کر واحگرو جی کا خلصہ واحگرو جی کی فتح ہر گن گاؤ سدا سو پائی ہر کندے نے انال پرماتما جی دے گن جو نام ہے وڈیائی ہے اس کی سوبھا ہے مہاراج کہتے نے اپنی جیب کے نال سدا ہی اس اکال پورک پرماتما گاؤ ہر گڑ گاؤ سدا سپاہی سدا ہی جدو تک یہ جیون ہے اس اکال پورک پرماتما چیت وسا کے سدا ہی اس کے گڑ گاؤ یہ بناسمتی بہت اس قدر ہے پہاڑ سمندر یہ دھرتی آکاش آرے چندرما سورج یہ سارے ہی وہ بنائے ہوئے ہیں من چلتے سدلے پر پاؤ جی کہہ سک سہائی جدو منوکھ وہ شب گڑا نو قید کرتا ہے لوگا ہے واحگرو سے من کرتا ہے پانی پڑتا ہے مہاراج کہتے نے من اچھے سگلے پر پاؤ من جیڑا ہے یہ بہت چنچن ہے آوی مل جاوے آوی پہاڑ مل جاوے مہاراج کہتے نے جی اس کے گرام گاؤ گے اس کے شبد نو گاؤ گے جو کرم کے وچ نہیں ہے وہ بھی پرابت ہو جاوے گا سنگت وچ ہوندے نال وہ بھی جڑے ہوندے وہ پرابت ہو جان گے گرو دربار وچ روز ہوندے نال چٹا طاقت ہے پر دور جڑی ہے اس کے پتھے پڑھتے ہیں پڑھتے ہوئے کہتے ہیں جدو ایک اور کسی کورے کاغذ دے کے لگ جاتی ہے وہی گھر سدھے ہو جاتے ہیں مہاراج کہتے ہیں شب گڑا لگاؤ گے یہ تھوڑے جڑے کرم کے نہیں بھی کچھ لکھا وہ بھی پراپت ہو جائے گا کیونکہ لگن والا وہی اتنے سے وہی اتنے ہے جی کے سد سہائی جیو جڑی آتما سدا ہی مہاراج ہوتے دیوار سہاری ہوتے گر پورے چرنی لایا ہر سنگ سہائی پایا چرن کہتے نے اکال پورک پرماتما کا جڑا شبد ہے اس کو چرن کہتے ہیں ایک چرن نے جو ہٹ باس چمبلے پڑے اتنے مہاراج چرن اس اکال پورک پرماتما کا شبد ہے پورے چرنی لایا پورے گرو نے جدو چرنا لایا ہے پورا اپنا بخار دے رہے پورا جاتا نانک پورا پایا پورے کے پیلا مہاراج تن تن سب شری گرو نانک دیو جی مہاراج
ਜਿੱਥੇ ਜਿੱਥੇ ਵੀ ਗਏ ਜਿੱਥੇ ਜਿੱਥੇ ਵੀ ਸੰਸਾਰ ਦੇ ਵਿੱਚ ਉਹਨਾਂ ਨੇ ਆਪਣੇ ਚਰਨ ਪਾਏ ਨੇ ਉੱਥੇ ਉੱਥੇ ਹੀ ਆਤਮਿਕ ਅਸਥਾਨ ਬਣ ਗਏ ਨੇ। ਸੰਗਤਾਂ ਗੁਰੂ ਸਾਹਿਬ ਨੂੰ ਯਾਦ ਕਰਦੀਆਂ ਨੇ ਧਾਰਮਿਕ ਅਸਥਾਨ ਬਣ ਗਏ ਨੇ ਜਿੱਥੇ ਵੇਖਿਆ ਨੂੰ ਪੇਟ ਭਰ ਕੇ ਭੋਜਨ ਪ੍ਰਾਪਤ ਹੁੰਦਾ ਹੈ। ਲੋੜ ਅਨੁਸਾਰ ਵਸਤਰ ਵੀ ਦਿੱਤੇ ਜਾਂਦੇ ਨੇ। ਮਹਾਰਾਜ ਕਿਰਪਾ ਕਰਦੇ ਨੇ ਹਰ ਸੰਗਤ ਸਹਾਰੀ ਪਾਇਆ ਸਦਾ ਹੀ ਅੰਗ ਸੰਗ ਰਹਿਣ ਵਾਲਾ ਹੈ। ਜਹਿ ਜਾਗੇ ਤਹਾਂ ਸੁਹਿੰਦੇ ਨੇ ਜਿੱਥੇ ਵੀ ਮਹਾਰਾਜ ਗਏ ਨੇ ਉੱਥੇ ਅੱਜ ਵੀ ਗੁਰੂ ਦੇ ਦਿਆਲ ਕਰਨ ਵਾਸਤੇ ਪਿਆਰੀਆਂ ਸੰਗਤਾਂ ਪਹੁੰਚਦੀਆਂ ਨੇ। ਜਹਿ ਜਾਈਏ ਤਹਾਂ ਸੁਹਿੰਦੇ ਜੀਵ ਜਿਹੜਾ ਹੈ ਉਹਦੇ ਚਰਨਾਂ ਦੇ ਨਾਲ ਜੁੜਿਆ ਹੈ ਤੇ ਜਿੱਥੇ ਵੀ ਉਹ ਜਾਂਦਾ ਹੈ ਉੱਥੇ ਹੀ ਮਹਾਰਾਜ ਸਹਾਈ ਹੁੰਦੇ ਨੇ ਕਰ ਕਿਰਪਾ ਕਰਦੇ ਨੇ ਉਹਦੀ ਕਿਰਪਾ ਦੇ ਨਾਲ ਉਹਦੇ ਨਾਲ ਮਿਲਾਪ ਕਰਦਾ ਹੈ। ਸ਼ਬਦ ਨੂੰ ਪੜ੍ਹਨਾ ਵਾਹਿਗੁਰੂ ਨੂੰ ਸਿਮਰਤ ਕਰਨਾ ਇਹ ਜੀ ਦੀ ਕਿਰਪਾ ਹੈ। ਉਹਦੀ ਕਿਰਪਾ ਤੋਂ ਬਿਨਾਂ ਤੇ ਵਾਹਿਗੁਰੂ ਵੀ ਕਹਿਣਾ ਬਹੁਤ ਔਖਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਹੜੇ ਪਰਮਾਤਮਾ ਜਿਹੜਾ ਨਾਰਾਇਣ ਹੈ ਪਰਮਾਤਮਾ ਪ੍ਰਾਣਾ ਦਾ ਇੱਕ ਸਹਾਰਾ ਹੈ ਅਮ ਸਭ ਦਾ ਜਿਨਾਰੇ ਨਾਰਾ ਆਪ ਜਪੇ ਅਮਰੈ ਨਾਮ ਜਪਾਵੇ ਸਾਧ ਸੰਗਤ ਦੇ ਵਿੱਚ ਇੱਕੋ ਜੀ ਦੀ ਆਗੇ ਨਹੀਂ ਬੈਠੇ ਹੁੰਦੀ ਕੋਈ ਬਾਣੀ ਪੜ੍ਹਨ ਵਾਲਾ ਹੁੰਦਾ ਤੇ ਕੋਈ ਐਸਾ ਵੀ ਹੈ ਜਿਸਨੇ ਕਦੇ ਵੀ ਵਾਹਿਗੁਰੂ ਇਸੇ ਮਰਦਾਂ ਕਿਹਾ ਮਿਲੇ। ਮਹਾਰਾਜ ਕਹਿੰਦੇ ਨੇ ਸੰਗਤ ਵਿੱਚ ਆ ਕੇ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ। ਬੈਠਣ ਦੇ ਨਾਲ ਅਮ ਸੰਤ ਜਨਾਰੇ ਨਾਰਾ ਜੋ ਆਪ ਜਪਦੇ ਨੇ ਹੋਰਨਾਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਨੇ ਤੇ ਸੰਗਤ ਵਿੱਚ ਆ ਕੇ ਮਹਾਰਾਜ ਕਹਿੰਦੇ ਨੇ ਪਤਤ ਪੁਨੀਤ ਕਰਦੇ ਨੇ ਪਤਤ ਲੁਕਦੇ ਨੇ। ਉਸ ਸਮੇਂ ਜਦੋਂ ਮੰਦਰਾਂ ਦੇ ਵਿੱਚ ਨਾਮ ਦੇਵ ਕਰ ਗਿਆ ਗਿਆ ਕਈਆਂ ਮਹਾਂਪੁਰਸ਼ਾਂ ਨੂੰ ਠੋਕਰਾਂ ਪੈਂਦੀਆਂ ਸਨ ਜਿਹਨਾਂ ਨੂੰ ਕਿਹਾ ਜਾਂਦਾ ਸੀ ਤੁਹਾਡੀ ਨੀਚ ਜਾਤ ਹੈ ਜੈਵਦੇਵ ਦੇਵੀ ਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਜਦੋਂ ਉਹਨਾਂ ਨੇ ਪਰਮਾਤਮਾ ਦੀ ਆਰਾਧਨਾ ਕੀਤੀ ਤੇ ਪਤਤ ਪੁਨੀਤ ਕੀਤੀ ਮਹਾਰਾਜ ਨੇ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਾ ਲਿਆ। ਮਹਾਰਾਜ ਕਹਿੰਦੇ ਨੇ ਪਾਪੀ ਤੋਂ ਪਾਪੀ ਬੰਦਾ ਵੀ ਅਗਰ ਸੰਗਤ ਵਿੱਚ ਆ ਜਾਵੇ ਤੇ ਉਹਦੇ ਪਾਪ ਲੁਕ ਜਾਂਦੇ ਨੇ। ਹਰ ਕਿਰਪਾ ਹਰ ਜਸ ਦਿੰਦੇ ਉਹਦੀ ਕਿਰਪਾ ਦੇ ਆਧਾਰ ਨੂੰ ਹਰ ਕਮਾਲ ਨੂੰ ਪਰਮਾਤਮਾ ਉਹਦੇ ਤੇ ਕਿਰਪਾ ਕਰਦਾ ਹੈ। ਹਰ ਹਰ ਕਰੇ ਪ੍ਰਤ ਪਾਲਾ ਸਤ ਜੀ ਸੰਗਤ ਵਾਲਾ ਜਿਹੜਾ ਮਹਾਂਪੁਰਖ ਪਰਮਾਤਮਾ ਉਹ ਸਾਰਿਆਂ ਦੀ ਪ੍ਰਤ ਪਾਲਣਾ ਕਰਨ ਵਾਲਾ ਹੈ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ ਸਤ ਜੀ ਸੰਗਤ ਵਾਲਾ ਸਾਰੇ ਜੀਵਿਆਂ ਦੀ ਗੁਰਖਿਆ ਵੀ ਆਪ ਕਰਦਾ ਹੈ। ਹਰ ਦਿਨ ਰਹਿ ਕੀਰਤਨ ਗਾਈਏ ਇਹ ਨਾਰਾਜ ਉਸ ਦਾ ਮਹਾਂਪੁਰਖ ਪਰਮਾਤਮਾ ਦੀ ਕੀਰਤੀ ਸ਼ਬਦ ਨੂੰ ਸੁਣਨਾ ਸ਼ਬਦ ਨੂੰ ਪੜ੍ਹਨਾ ਜਦੋਂ ਉਹ ਪੜ੍ਹੇਗਾ ਮਹਾਰਾਜ ਕਹਿੰਦੇ ਨੇ ਬਹੁਤ ਨਾ ਜੂਨੀ ਪਾਈਏ ਮੁੜ ਕੇ ਫਿਰ ਜਿਹੜੀਆਂ ਜਿੰਨਾ ਨਾ ਇਹ ਨੇ ਆਪਣਾ ਹੋਣਗੀਆਂ ਕਿ ਉਹਨੇ ਹੋਣਗੀਆਂ ਇਹਨੂੰ ਇਹ ਜਿਹੜਾ ਸਰੀਰ ਮਿਲਿਆ ਸੀ ਇਸ ਸਰੀਰ ਦੇ ਵਿੱਚ ਮੈਨੂੰ ਸਾਕਾਰ ਪੁਰਖ ਪਰਮਾਤਮਾ ਦੇ ਨਾਲ ਜੁੜਿਆ ਸੀ ਤੇ ਮਹਾਰਾਜ ਨੇ ਤੇਰੇ ਸਾਰੇ ਲੇਖ ਵੇਟ ਦਿੱਤੇ ਸੀ ਦੂਜੀ ਆਪਣੀ ਮੁਰਗੀ ਵਿੱਚ ਕਹਿੰਦੇ ਨੇ ਜਿਸ ਦੇਵੇ ਕੋਈ ਪਿਤਾਤਾ ਹੁਣ ਨਾਮ ਜਪਣ ਦੀ ਵਡਿਆਈ ਸੀ ਭਾਵ ਇਹ ਜਿਹਨੂੰ ਦਿੰਦਾ ਹੈ ਮੈਨੂੰ ਸਮਝ ਆ ਜਾਂਦੀ ਹੈ
ਪ੍ਰਚਾਰ ਮੋੜ ਹੈ ਜੇ ਕੋਈ ਸੁਣੇ ਤਾਂ ਜੇ ਗੱਲ ਮੰਨ ਜਾਵੇ ਜਿਸ ਦੇਵੇ ਗੁਰ ਪਿਤਾਤਾ ਜਿਹਨੂੰ ਇਹ ਸੋਝੀ ਕਿਹਾ ਕਿ ਨਾਮ ਤੋਂ ਬਿਨਾਂ ਸ਼ਬਦ ਤੋਂ ਬਿਨਾਂ ਸੇਵਾ ਤੋਂ ਬਿਨਾਂ ਕਾਲ ਕੋਈ ਨਹੀਂ ਜਾਵੇ ਜਿਹਨੂੰ ਇਹ ਸੋਝੀ ਦੇ ਦਿੱਤਾ ਹੈ ਹਰ ਸੰਤ ਨਹੀਂ ਜਾਂਦਾ ਉਹਨਾਂ ਦੇ ਅਹੀਦੇ ਰਸ ਨੂੰ ਮਾਨਣਾ ਚਾਹੁੰਦਾ ਹੈ ਜੰਤੂ ਕਰ ਜੜ ਜੜਾਇਆ ਜਿਹੜੇ ਜੰਤੂਤ ਨੇ ਉਹ ਫਿਰ ਨੇੜੇ ਨਹੀਂ ਹੁੰਦੇ ਸੀ ਨਾਨਕ ਸਰਣੀ ਪਾਇਆ ਉਸ ਅਕਾਲ ਪਰਮਾਤਮਾ ਨੇ ਆਗੂ ਮਹਾਰਾਜ ਜੀ ਮਹਾਰਾਜ ਨੇ ਉਹਨਾਂ ਸਾਰਿਆਂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਮੇਰਾ ਲਿਆ ਹੋਇਆ ਆਪਣੇ ਵਿੱਚ ਆਪੇ ਕਰ ਲਿਆ ਹੋਇਆ ਇਹਨਾਂ ਨੇ ਜਿਹਨਾਂ ਨੇ ਉਸ ਅਕਾਲ ਪਰਮਾਤਮਾ ਦੇ ਨਾਮ ਜਪਿਆ ਹੋਇਆ ਸਿਮਰਤ ਕਰਦੇ ਉਸਦੀ ਸਿੰਧ ਕਰਦੇ ਉਸਦੀ ਵਡਿਆਈ ਕਰਦੇ ਉਸਦੀ ਮਹਿਮਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।